ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਬਣਾਉਣਾ ਦੱਸੂਗੀ ਇਹ ਵਾਲਾ ਡਿਜ਼ਾਈਨ ਇਸ ਟਜਾਂ ਨੂੰ ਬਣਾਉਣ ਦੇ ਲਈ ਸਲਾਈ ਉੱਪਰ ਨੌ ਨੋ ਕੁੰਡੇ ਦੇ ਸਾਹਮਣਾ ਕੁੰਡੇ ਚਾਹੀਦੇ ਨੇ ਤੇ ਇੱਕ ਕੁੰਡਾ ਬੱਧ ਚਲੋ ਜੀ ਸ਼ੁਰੂ ਕਰਦੇ ਆਂ ਡਿਜ਼ਾਈਨ ਬਣਾਉਣਾ ਪਹਿਲੀ ਸਲਾਈ ਸਿੱਧੀ ਸਾਈਡ ਪਹਿਲਾ ਕੁੰਡਾ ਸਿੱਧਾ ਬਣੋ ਚਾਹੇ ਬਿਨਾਂ ਬਣਿਆ ਉਤਾਰੋ ਠਾੜੀ ਆਪਣੀ ਮਰਜ਼ੀ ਆ ਪਰ ਮੈਂ ਇਸ ਨੂੰ ਉਲਟਾ ਬਣਾਉਂਗੀ ਧਾਗਾ ਦੂਸਰੀ ਸਾਈਡ ਦੋ ਕੁੰਡੇ ਸਿੱਧੇ ਇੱਕ ਦੋ ਜਿਹੜੇ ਇਹ ਵਾਲੇ ਚਾਰ ਕੁੰਡੇ ਨੇ ਇਹਨਾਂ ਦੀ ਕੇਬਲ ਬਦਲੀ ਕਰਾਂਗੇ ਜਿਹੜੇ ਦੋ ਕੁੰਡੇ ਨੇ ਇਹਨੂੰ ਬਾਹਰ ਲੈ ਕੇ ਆਵਾਂਗੇ ਜਿਹੜੇ ਬਾਹਰ ਵਾਲੇ ਕੁੰਡੇ ਨੇ ਇਹਨੂੰ ਅੰਦਰ ਲੈ ਕੇ ਜਾਵਾਂਗੇ ਦੂਸਰੇ ਕੁੰਡੇ ਨੂੰ ਇਸ ਤਰ੍ਹਾਂ ਆਪਾਂ ਦੋਹਾਂ ਕੁੰਡਿਆਂ ਨੂੰ ਸਲਾਈਟ ਉਤਾਰ ਕੇ ਪਹਿਲੇ ਕੁੰਡੇ ਨੂੰ ਪਿੱਛੇ ਦੀ ਲੈ ਜਾਵਾਂਗੇ ਜਿਹੜਾ ਇਹ ਅੱਗੇ ਵਾਲਾ ਕੁੰਡਾ ਇਸ ਨੂੰ ਇਸ ਤਰ੍ਹਾਂ ਬਿਨ ਬੁਣੇ ਸਲਾਈਟ ਲੈ ਲਾਂਗੇ ਧਾਗਾ ਆਪਣੀ ਸਾਈਡ ਇੱਕ ਗੁੰਡਾ ਉਲਟਾ ਬਣਾਗੇ। ਬੈਕ ਸਾਈਡ ਤੋਂ ਦੂਸਰਾ ਗੁੰਡਾ ਅੱਗੇ ਲੈ ਕੇ ਆਵਾਂਗੇ ਤੇ ਅੱਗੇ ਵਾਲਾ ਗੁੰਡਾ ਪਿੱਛੇ ਲੈ ਕੇ ਜਾਵਾਂਗੇ। ਇਸ ਗੁੰਡੇ ਨੂੰ ਵੀ ਉਲਟਾ ਬੁਣਾਗੇ। ਧਾਗਾ ਦੂਸਰੀ ਸਾਈਡ। ਪਹਿਲਾਂ ਵਾਲੇ ਗੁੰਡੇ ਨੂੰ ਬਿਨ ਬੁਣਿਆ ਉਤਾਰਾਂਗੇ। ਆਪਣੇ ਕੋਲ ਪਸਕਾਰ ਦੋ ਗੁੰਡੇ ਉਲਟੇ ਹੋ ਗਏ ਆਲੇ-ਦਾਲੇ ਜਿਹੜੇ ਗੁੰਡੇ ਸਿੱਧੇ ਨੇ ਇਹ ਆਪਣੇ ਬਿਨ ਬੁਣੇ ਉਤਾਰ ਰਹੇ ਨੇ। 1 2 3 4 5 ਪੰਜ ਕੁੰਡੇ ਸਿੱਧੇ ਬੁਣਾਈਏ ਅੱਗੇ ਵਾਲੇ 4 ਕੁੰਡਿਆਂ ਦੀ ਕੇਵਲ ਬਦਲੀ ਕਰਾਂਗੇ 2 ਕੁੰਡਿਆਂ ਨੂੰ ਇਸ ਤਰ੍ਹਾਂ ਸਲਾਈ ਚ ਉਤਾਰਾਂਗੇ ਅੱਗੇ ਵਾਲਾ ਕੁੰਡਾ ਪਿੱਛੇ ਦੀ ਤੇ ਪਿੱਛੇ ਵਾਲਾ ਕੁੰਡਾ ਅੱਗੇ ਦੀ ਲੈ ਕੇ ਆਵਾਂਗੇ ਜਿਹੜਾ ਇਹ ਅੱਗੇ ਦੀ ਕੁੰਡਾ ਲੈ ਕੇ ਆਵਾਂਗੇ ਦੂਸਰਾ ਕੁੰਡਾ ਆਪਾਂ ਇਹਨੂੰ ਬਿੰਦ ਪੁੜਿਆ ਕਰਾਂਗੇ ਧਾਗਾ ਆਪਣੀ ਸਾਈਡ ਕਰਕੇ ਇਹ ਅੱਗੇ ਵਾਲਾ ਕੁੰਡਾ ਜਿਹੜਾ ਪਿੱਛੇ ਲੈ ਕੇ ਆਇਆ ਨੂੰ ਉਲਟਾ ਬੁਣਾਗੇ ਦੋ ਔਰਟੀ ਸਾਈਡ ਤੋਂ ਜਿਹੜਾ ਦੂਸਰਾ ਕੁੰਡਾ ਹੈ ਇਹਦੇ ਵਿੱਚ ਇਸ ਤਰ੍ਹਾਂ ਸਲਾਈ ਪਾ ਕੇ ਅੱਗੇ ਲੈ ਕੇ ਆਵਾਂਗੇ ਜਿਹੜਾ ਅੱਗੇ ਵਾਲਾ ਕੁੰਡਾ ਇਹਨੂੰ ਪਿੱਛੇ ਲੈ ਕੇ ਜਾਵਾਂਗੇ ਤੇ ਇਸ ਕੁੰਡੇ ਨੂੰ ਉਲਟਾ ਬਣਾਵਾਂਗੇ ਧਾਗਾ ਦੂਸਰੀ ਸਾਈਡ ਇਸ ਕੁੰਡੇ ਨੂੰ ਬਿਨ ਬੁਣੀ ਉਤਾਰਾਂਗੇ 1 2 3 4 5 ਪੰਜ ਕੁੰਡੇ ਸਿੱਧੇ ਬਣਾਵਾਂਗੇ ਦੋ ਕੁੰਡੇ ਨੂੰ ਸਲਾਈ 'ਚ ਉਤਾਰਾਂਗੇ ਅੱਗੇ ਵਾਲਾ ਕੁੰਡਾ ਪਿੱਛੇ ਲੈ ਜਾਵਾਂਗੇ ਤੇ ਪਿੱਛੇ ਵਾਲਾ ਕੁੰਡਾ ਅੱਗੇ ਲਿਆਵਾਂਗੇ ਤੇ ਇਸ ਕੁੰਡੇ ਨੂੰ ਬੇੜਬੁਨੇ ਰੱਖਾਂਗੇ। ਧਾਗਾ ਆਪਣੀ ਸਾਈਡ ਇਸ ਕੁੰਡੇ ਨੂੰ ਉਲਟਾ ਬਣਾਗੇ। ਬੈਕ ਸਾਈਡ ਤੋਂ ਦੂਸਰਾ ਕੁੰਡਾ ਅੱਗੇ ਲੈ ਕੇ ਆਵਾਂਗੇ। ਅੱਗੇ ਵਾਲਾ ਕੁੰਡਾ ਪਿੱਛੇ। ਫਿਰ ਇਸ ਦੂਸਰੇ ਕੁੰਡੇ ਨੂੰ ਉਲਟਾ ਬਣਾਵਾਂਗੇ। ਧਾਗਾ ਦੂਸਰੀ ਸਾਈਡ ਇਸ ਕੁੰਡੇ ਨੂੰ ਬਿਨਾ ਬੁਨੇ ਰੱਖਾਂਗੇ ਇਸ ਤਰ੍ਹਾਂ। ਦੋ ਕੁੰਡੇ ਸਿੱਧੇ यासट के गुंडे सीधा ही बुन सकते हो बुन बुने भी उतार सौ पर मैं इस उल्टा बुनगी दूसरी सिलाई उल्टी सैड सारी सिलाई उल्टी के कंप्लीट करा ਤੀਸਰੀ ਸਲਾਈ ਸਿੱਧੀ ਸਾਈਡ ਪਹਿਲਾ ਗੁੰਡਾ ਉਲਟਾ ਧਾਗਾ ਦੂਸਰੀ ਸਾਈਡ ਇੱਕ ਗੁੰਡਾ ਸਿੱਧਾ ਜਿਹੜਾ ਦੂਸਰਾ ਇਹ ਵਾਲਾ ਗੁੰਡਾ ਇਹਨੂੰ ਬਾਹਰ ਲੈ ਕੇ ਆਵਾਂਗੇ ਤੇ ਇਸ ਗੁੰਡੇ ਨੂੰ ਅੰਦਰ ਲੈ ਕੇ ਜਾਵਾਂਗੇ ਇਹ ਦੂਸਰੇ ਗੁੰਡੇ ਨੂੰ ਬਿਨ ਬਿਨੇ ਉਤਾਰਾਂਗੇ ਇਸ ਤਰ੍ਹਾਂ ਤੇ ਅੱਗੇ ਵਾਲੇ ਗੁੰਡੇ ਨੂੰ ਪਿੱਛੇ ਲੈ ਜਾ ਕੇ ਉਲਟਾ ਬਣਾਵਾਂਗੇ ਇੱਕ ਇਹ ਦੋ ਗੁੰਡੇ ਪਹਿਲਾਂ ਉਲਟੇ ਸੀ ਦੋਹਾਂ ਨੂੰ ਇਹਨਾਂ ਨੂੰ ਉਲਟਾ ਬਣਾਾਂਗੇ ਦੋ ਤਿੰਨ ਇਹ ਦੂਸਰਾ ਗੁੰਡਾ ਅੰਦਰ ਲੈ ਕੇ ਆਵਾਂਗੇ ਇਸ ਗੁੰਡੇ ਨੂੰ ਇਸੇ ਲੈ ਕੇ ਜਾਵਾਂਗੇ ਤੇ ਚਾਰ ਚਾਰ ਗੁੰਡੇ ਉਲਟੇ ਹੋਗੇ ਧਾਗਾ ਦੂਸਰੀ ਸਾਈਡ ਇਹ ਗੁੰਡੇ ਨੂੰ ਬਿਨਾਂ ਉਤਾਰਾਂਗੇ ਤਿੰਨ ਗੁੰਡੇ ਸਿੱਧੇ ਬੁਣਾਗੇ 1 2 3 ਦੋਸਰੇ ਗੁੰਡੇ ਨੂੰ ਬਿਨਾਂ ਬੁਨੇ ਉਤਾਰਾਂਗੇ ਤੇ ਪਹਿਲੇ ਗੁੰਡੇ ਨੂੰ ਉਲਟਾ ਬੁਣਾਗੇ 1 ਇਹ ਦੋ ਗੁੰਡੇ ਜਿਹੜੇ ਉਲਟੇ ਨੇ ਇਹਨਾਂ ਨੂੰ ਵੀ ਉਲਟਾ ਬੁਣਾਗੇ 2 3 ਉਲਟੀ ਸਾਈਡ ਤੋਂ ਦੂਸਰੇ ਕੁੰਡੇ ਨੁੱਕੇ ਲਿਆ ਕੇ ਇਸ ਨੂੰ ਵੀ ਬਿਨਾਂ ਉਲਟਾ ਹੀ ਬਣਾਵਾਂਗੇ ਚਾਰ ਚਾਰ ਕੁੰਡੇ ਉਲਟੇ ਹੋ ਗਏ ਧਾਗਾ ਦੂਸਰੀ ਸਾਈਡ ਦੇ ਕੁੰਡੇ ਨੂੰ ਬਿਨਾਂ ਬੁਣੇ ਉਤਾਰਾਂਗੇ ਤਿੰਨ ਕੁੰਡੇ ਸਿੱਧੇ 1 2 3 ਦੂਸਰੇ ਕੁੰਡੇ ਨੂੰ ਬਿਨਾਂ ਬੁਣੇ ਉਤਾਰਾਂਗੇ ਪਹਿਲੇ ਕੁੰਡੇ ਨੂੰ ਉਲਟਾ ਬਣਾ ਕੇ ਆਪਣੇ ਵੱਲ ਟੱਕਾ ਕਰਕੇ 1 ਜਿਹੜੇ ਦੋ ਕੁੰਡੇ ਨੇ ਉਲਟੇ ਇਹਨਾਂ ਨੂੰ ਉਲਟਾ ਬਣਾਵਾਂਗੇ 2 3 ਉਲਟੀ ਸਾਈਡ ਦਾ ਦੂਸਰਾ ਕੁੰਡਾ ਅਗੇ ਲਿਆ ਕੇ ਇਸ ਨੂੰ ਵੀ ਉਲਟਾ ਬਣਾਵਾਂਗੇ ਚਾਰ ਧਾਗਾ ਦੂਸਰੀ ਸਾਈਡ ਇਸ ਕੁੰਡੇ ਨੂੰ ਬਿਨਾ ਬਿਨਾ ਉਤਾਰਾਂਗੇ ਇੱਕ ਕੁੰਡਾ ਸਿੱਧਾ ਤੇ ਲਾਸਟ ਦਾ ਕੁੰਡਾ ਉਲਟਾ ਚੌਥੀ ਸਲਾਈ ਉਲਟੀ ਬੁਣ ਕੇ ਕੰਪਲੀਟ ਕਰਾਂਗੇ ਪੰਜਵੀਂ ਸਲਾਈ ਸਿੱਧੀ ਸਾਈਡ ਪਹਿਲਾ ਹੁੰਡਾ ਉਲਟਾ ਧਾਗਾ ਦੂਸਰੀ ਸਾਈਡ ਦੂਸਰੇ ਹੁੰਡੇ ਨੂੰ ਬਿਨਾ ਬੁਣੇ ਉਤਾਰਾਂਗੇ ਤੇ ਪਹਿਲੇ ਹੁੰਡੇ ਨੂੰ ਆਪਣੇ ਵੱਲ ਧਾਗਾ ਕਰਕੇ ਉਲਟਾ ਬਣਾਾਂਗੇ ਚਾਰ ਹੁੰਡੇ ਜਿਹੜੇ ਇਹ ਨੇ ਇਹਨਾਂ ਨੂੰ ਉਲਟੇ ਬਣਾਾਂਗੇ ਇੱਕ ਉਲਟਾ ਦੋ ਤਿੰਨ ਚਾਰ ਪੰਜ ਦੂਸਰੇ ਹੁੰਡੇ ਨੂੰ ਉੱਗੇ ਲੈ ਆ ਕੇ ਇਸ ਨੂੰ ਵੀ ਉਲਟਾ ਬਣਾਾਂਗੇ ਤੇ ਧਾਗਾ ਦੂਸਰੀ ਸਾਈਡ ਇੱਕ ਗੁੰਡਾ ਇਹੇ ਬੜਾ ਬਿਨਾ ਬੁਣੇ ਉਤਾਰਾਂਗੇ ਇੱਕ ਗੁੰਡਾ ਸਿੱਧਾ ਬੁਣਾਂਗੇ ਦੂਸਰਾ ਗੁੰਡਾ ਜਿਹੜਾ ਇਸ ਨੂੰ ਬਿਨਾ ਬੁਣੇ ਉਤਾਰਾਂਗੇ ਪਹਿਲੇ ਗੁੰਡੇ ਨੂੰ ਉਲਟਾ ਬੁਣਾਗੇ ਕੇ ਧਾਗਾ ਲਿਆ ਕੇ 1 2 3 4 5 ਦੂਸਰੇ ਗੁੰਡੇ ਨੂੰ ਅੱਗੇ ਲੈ ਕੇ ਆਵਾਂਗੇ ਤੇ ਇਸ ਨੂੰ ਵੀ ਉਲਟਾ ਬੁਣਾਂਗੇ 6 ਸੇ ਗੁੰਡੇ ਉਲਟੇ ਹੋ ਗਏ ਧਾਗਾ ਦੂਸਰੀ ਸਾਈਡ ਇਸ ਗੁੰਡੇ ਨੂੰ ਬਿਨਾ ਬੁਣੇ ਉਤਾਰਾਂਗੇ ਇੱਕ ਗੁੰਡਾ ਸਿੱਧਾ ਦੂਸਰੇ ਗੁੰਡੇ ਨੂੰ ਬਿਨਾ ਬੁਣੇ ਉਤਾਰਾਂਗੇ ਪਹਿਲੇ ਗੁੰਡੇ ਨੂੰ ਉਲਟਾ ਬੁਣਾਗੇ ਧਾਗਾ ਆਪਣੀ ਸਾਈਡ ਇੱਕ ਦੋ ਤਿੰਨ ਚਾਰ ਪੰਜ ਦੂਸਰੇ ਗੁੰਡੇ ਨੂੰ ਅੱਗੇ ਲਿਆ ਕੇ ਇਸ ਨੂੰ ਉਲਟਾ ਬੁਣਾਗੇ 6 ਤੇ ਇਸ ਗੁੰਡੇ ਨੂੰ ਬਿਨਾ ਬੁਣੇ ਤਗਾ ਦੂਸਰੀ ਸਾਈਡ ਲੈ ਕੇ ਜਾਉਗੇ ਬਿਨਾ ਬੁਣੀ ਉਤਾਰਾਂਗੇ ਤਗਾ ਆਪਣੀ ਸਾਈਡ ਲਾਸਟ ਤੱਕ ਹੁੰਦਾ ਉਲਟਾ ਸੇਮ ਮਿਸ ਲਾਈ ਉਲਟੀ ਬੁਣ ਕੇ ਕੰਪਲੀਟ ਕਰਾਂਗੇ 7ਵੀਂ ਸਲਾਈ ਸਿੱਧੀ ਸਾਈਡ ਹੁਣ ਦੇਖੋ ਇਹ ਕੁੰਡੇ ਬਾਹਰ ਨੂੰ ਜਾਂਦੇ ਤੇ ਹੁਣ ਇਹ ਵਾਲੇ ਕੁੰਡੇ ਅੰਦਰ ਨੂੰ ਆਉਣਗੇ ਪਹਿਲਾ ਕੁੰਡਾ ਉਲਟਾ ਬਣਾਗੇ ਧਾਗਾ ਦੂਸਰੀ ਸਾਈਡ ਇਹ ਦੂਸਰੇ ਕੁੰਡੇ ਨੂੰ ਅੱਗੇ ਲੈ ਕੇ ਆਵਾਂਗੇ ਤੇ ਪਹਿਲੇ ਕੁੰਡੇ ਨੂੰ ਅੰਦਰ ਲੈ ਕੇ ਜਾਵਾਂਗੇ ਇਸ ਨੂੰ ਅੱਗੇ ਲਿਆ ਕੇ ਸਿੱਧਾ ਬਣਾਗੇ ਪਹਿਲਾ ਉਲਟੇ ਬਣਦੇ ਸੀ ਹੁਣ ਸਿੱਧਾ ਬਣਾਗੇ ਇਸ ਕੁੰਡੇ ਨੂੰ ਬੇਰਾ ਬੁਣੇ ਉਤਾਰਾਂਗੇ ਧਾਗਾ ਆਪਣੀ ਸਾਈਡ ਚਾਰ ਕੁੰਡੇ ਉਲਟੇ 1 2 3 ਇਹ ਦੂਸਰੇ ਗੁੰਡੇ ਨੂੰ ਅੱਗੇ ਲੈ ਕੇ ਆਵਾਂਗੇ ਤੇ ਪਹਿਲੇ ਗੁੰਡੇ ਨੂੰ ਪਿੱਛੇ ਲੈ ਕੇ ਜਾਵਾਂਗੇ। ਇਸ ਗੁੰਡੇ ਨੂੰ ਸਿੱਧਾ ਬੁਣਾਂਗੇ ਤੇ ਇਸ ਗੁੰਡੇ ਨੂੰ ਬਿਨਾਂ ਬੁਣੇ ਉਤਾਰਾਂਗੇ। ਧਾਗਾ ਦੂਸਰੀ ਸਾਈਡ ਕਰਾਂਗੇ। ਇਸ ਨੂੰ ਬਿਨਾਂ ਬੁਣੇ ਉਤਾਰਾਂਗੇ। ਇਸ ਗੁੰਡੇ ਨੂੰ ਸਿੱਧਾ ਬੁਣਾਂਗੇ। 1 2 ਤੇ ਵਾਲੇ ਦੂਸਰੇ ਗੁੰਡੇ ਨੂੰ ਅੱਗੇ ਲਿਆ ਕੇ ਇਸ ਨੂੰ ਵੀ ਆਪਾਂ ਸਿੱਧਾ ਬੁਣਾਂਗੇ। 3 ਇਸ ਗੁੰਡੇ ਨੂੰ ਬਿਨਾਂ ਬੁਣੇ ਉਤਾਰਾਂਗੇ। ਧਾਗਾ ਆਪਣੀ ਸਾਈਡ ਚਾਰ ਗੁੰਡੇ ਉਲਟੇ। 1 2 3 ਚਾਰ ਧਾਗਾ ਦੂਸਰੀ ਸਾਈਡ ਇਹ ਦੂਸਰੇ ਗੁੰਡੇ ਨੂੰ ਬਿਨਾ ਬੁਣੇ ਉਤਾਰਾਂਗੇ ਪਹਿਲੇ ਗੁੰਡੇ ਨੂੰ ਪਿੱਛੇ ਲਿਜਾ ਕੇ ਇਸ ਨੂੰ ਸਿੱਧਾ ਬੁਣਾਗੇ 1 2 ਇਹ ਦੂਸਰੇ ਗੁੰਡੇ ਨੂੰ ਅੱਗੇ ਲਿਆ ਕੇ ਇਸ ਨੂੰ ਵੀ ਸਿੱਧਾ ਬੁਣਾਗੇ 3 ਇਸ ਗੁੰਡੇ ਨੂੰ ਬਿਨਾ ਬੁਣੇ ਉਤਾਰਾਂਗੇ ਧਾਗਾ ਆਪਣੀ ਸਾਈਡ ਚਾਰ ਗੁੰਡੇ ਉਲਟੇ 1 2 3 4 ਧਾਗਾ ਦੂਸਰੀ ਸਾਈਡ ਦੂਸਰੇ ਗੁੰਡੇ ਨੂੰ ਬਿਨਾ ਬੁਣੇ ਉਤਾਰਾਂਗੇ ਪਹਿਲੇ ਗੁੰਡੇ ਨੂੰ ਪਿੱਛੇ ਲੈ ਜਾ ਕੇ ਸਿੱਧਾ ਬਣਾਗੇ ਲਾਸਟ ਦਾ ਗੁੰਡਾ ਉਲਟਾ 8ਵੀਂ ਸਲਾਈ ਉਲਟੀ ਸਾਈਡ ਸਾਰੀ ਸਲਾਈ ਉਲਟੀ ਬਣਾਗੇ ਨੋਂ ਮਿਸ ਲਈ ਸਿੱਧੀ ਸਾਈਡ ਪਹਿਲਾ ਗੁੰਡਾ ਉਲਟਾ ਧਾਗਾ ਦੂਸਰੀ ਸਾਈਡ ਇੱਕ ਗੁੰਡਾ ਸਿੱਧਾ ਦੂਸਰੇ ਗੁੰਡੇ ਨੂੰ ਅੱਗੇ ਲਿਆ ਕੇ ਇਸ ਨੂੰ ਸਿੱਧਾ ਬੁਣਾਂਗੇ ਤੇ ਪਹਿਲਾ ਵਾਲੇ ਗੁੰਡੇ ਨੂੰ ਬਿਨ ਬੁਣੇ ਉਤਾਰਾਂਗੇ ਧਾਗਾ ਆਪਣੀ ਸਾਈਡ ਤੋਂ ਗੁੰਡੇ ਉਲਟੇ ਇੱਕ ਦੋ ਦੂਸਰੇ ਗੁੰਡੇ ਨੂੰ ਅੱਗੇ ਲੈ ਕੇ ਆਵਾਂਗੇ ਅੱਗੇ ਵਾਲੇ ਗੁੰਡੇ ਨੂੰ ਪਿੱਛੇ ਇਸ ਨੂੰ ਬਿਨ ਬੁਣਿਆ ਉਤਾਰਾਂਗੇ ਤਗਾ ਦੂਸਰੀ ਸਾਈਡ ਕਰਾਂਗੇ ਤੇ ਇਸ ਨੂੰ ਬਿੜ ਬਿੜੇ ਉਤਾਰਾਂਗੇ ਇਸ ਕੁੰਡੇ ਨੂੰ ਸਿੱਧਾ ਬਣਾਵਾਂਗੇ ਪੰਜ ਕੁੰਡੇ ਸਿੱਧੇ ਬਣਾਵਾਂਗੇ 1 2 3 4 ਇਹ ਦੂਸਰੇ ਕੁੰਡੇ ਨੂੰ ਅੱਗੇ ਲਿਆ ਕੇ ਇਸ ਨੂੰ ਵੀ ਸਿੱਧਾ ਬਣਾਵਾਂਗੇ 5 ਇਸ ਕੁੰਡੇ ਨੂੰ ਬਿਨਾ ਬਿੜੇ ਉਤਾਰਾਂਗੇ ਧਾਗਾ ਆਪਣੀ ਸਾਈਡ ਤੋਂ ਕੁੰਡੇ ਉਲਟੇ 1 2 ਧਾਗਾ ਦੂਸਰੀ ਸਾਈਡ ਪਹਿਲੇ ਕੁੰਡੇ ਨੂੰ ਪਿੱਛੇ ਲੈ ਕੇ ਜਾਵਾਂਗੇ ਤੇ ਪਹਿਲਾ ਵਾਲੇ ਕੁੰਡੇ ਨੂੰ ਅੱਗੇ ਬਿਨਾਂ ਬੁਣੇ ਉਤਾਰਾਂਗੇ ਤੇ ਪੰਜ ਕੁੰਡੇ ਸਿੱਧੇ ਬਣਾਵਾਂਗੇ 1 2 3 4 ਇਹ ਦੂਸਰੇ ਕੁੰਡੇ ਨੂੰ ਅੱਗੇ ਲਿਆ ਕੇ ਇਸ ਨੂੰ ਵੀ ਆਪਾਂ ਸਿੱਧਾ ਬਣਾਵਾਂਗੇ 5 ਉਸ ਨੂੰ ਬਿਨ ਬੁਣੇ ਉਤਾਰਾਂਗੇ ਧਾਗਾ ਆਪਣੀ ਸਾਈਡ ਤੋਂ ਦੋ ਕੁੰਡੇ ਉਲਟੇ ਧਾਗਾ ਦੂਸਰੀ ਸਾਈਡ ਦੋ ਕੁੰਡੇ ਨੂੰ ਇਸ ਤਰ੍ਹਾਂ ਸਲਾਈ ਚ ਉਤਾਰਾਂਗੇ ਤੇ ਇਸ ਕੁੰਡੇ ਨੂੰ ਬਿਨ ਬੁਣੇ ਉਤਾਰਾਂਗੇ तो इस कुंडे सीधा बनाए जाने के दो कुंडे सीधे बनाएंगे एक दो लास्ट का कुंडा उल्टा दसवीं सिलाई उल्टी सैट सारी सिलाई उल्टी बुनके कंप्लीट करा 11ਵੀਂ ਸਲਾਈ ਸਿੱਧੀ ਸਾਈਡ ਪਹਿਲਾ ਗੁੰਡਾ ਉਲਟਾ ਧਾਗਾ ਦੂਸਰੀ ਸਾਈਡ ਤਿੰਨ ਗੁੰਡੇ ਸਿੱਧੇ ਬਣਾਵਾਂਗੇ 1 2 ਇਹ ਦੂਸਰੇ ਗੁੰਡੇ ਨੂੰ ਅੱਗੇ ਲਿਆ ਕੇ ਸਿੱਧਾ ਬਣਾਵਾਂਗੇ ਇਸ ਨੂੰ ਤੇ ਇਸ ਗੁੰਡੇ ਨੂੰ ਬਿਨਾ ਬੁਣੇ ਉਤਾਰਾਂਗੇ ਇਹ ਦੂਸਰੇ ਗੁੰਡੇ ਨੂੰ ਅੱਗੇ ਦੀ ਲਿਆ ਕੇ ਤੇ ਇਸ ਨੂੰ ਪਿੱਛੇ ਲੈ ਜਾਾਂਗੇ ਤੇ ਇਸ ਨੂੰ ਬਿਨਾ ਬੁਣੇ ਉਤਾਰਾਂਗੇ ਤੇ ਇਸ ਗੁੰਡੇ ਨੂੰ ਸਿੱਧਾ ਬਣਾਾਂਗੇ ਯਾਨੀ ਕਿ ਇੱਥੇ ਸੱਤ ਗੁੰਡੇ ਸਿੱਧੇ ਬਣਾਾਂਗੇ 1 2 3 4 5 6 ਇਹ ਦੂਸਰੇ ਗੁੰਡੇ ਨੂੰ ਅੱਗੇ ਲਿਆ ਕੇ ਇਸ ਨੂੰ ਵੀ ਸਿੱਧਾ ਬੁਣਾਗੇ 7 ਇਸ ਗੁੰਡੇ ਨੂੰ ਬਿਨਾ ਬੁਨੇ ਉਤਾਰਾਂਗੇ ਇਹ ਦੂਸਰੇ ਗੁੰਡੇ ਨੂੰ ਪਿੱਛੇ ਲੈ ਜਾਏ ਪਹਿਲੇ ਗੁੰਡੇ ਨੂੰ ਪਿੱਛੇ ਲੈ ਜਾਾਂਗੇ ਦੂਸਰੇ ਗੁੰਡੇ ਨੂੰ ਅੱਗੇ ਲਿਆਵਾਂਗੇ ਬਿਨਾ ਬੁਨੇ ਉਤਾਰਾਂਗੇ 7 ਗੁੰਡੇ ਸਿੱਧੇ ਹੋਣਾਂਗੇ 1 2 3 4 5 6 ਤੇ ਦੂਸਰੇ ਗੁੰਡੇ ਨੂੰ ਅੱਗੇ ਲਿਆ ਕੇ ਸਿੱਧਾ ਬੁਣਾਗੇ सत इस कुंडे बिना बुने उतारे पहले कुंडे पिछे लै जाएंगे तो दूसरे कुंडे बिना बुने उतारे तीन कुंडे सीधे बनोंगे एक दो तेन लास्ट का कुंडा उल्टा बारहवीं सिलाई उल्टी सैड सारी सिलाई उल्टी बुन के कंप्लीट करा ਨਵਾਂ 12 ਸਲਾਈਆਂ ਨੂੰ बार-बार रिपीट ਕਰਦੇ ਜਾਓ ਇੱਕ ਸਾਦਾ ਡਿਜ਼ਾਈਨ ਤਿਆਰ ਕਰਦੇ ਜਾਓ ਵੀਡੀਓ ਨੂੰ ਲਾਈਕ ਸ਼ੇਅਰ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਥੈਂਕ ਯੂ